ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ। ਦੱਸ ਦਈਏ ਕਿ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਵੱਡੇ ਸਮਗਲਰਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ, ਉੱਥੇ ਹੀ ਨਸ਼ੇ ਦੀ ਪਕੜ ਦੇ ਲਈ ਲਗਾਤਾਰ ਸਰਚ ਅਭਿਆਨ ਵੀ ਚਲਾਏ ਜਾ ਰਹੇ। ਪਰ ਇਸੀ ਦੇ ਵਿਚਕਾਰ ਨੌਜਵਾਨ ਜੋ ਨੇ ਉਹ ਨਸ਼ਿਆਂ ਦੀ ਲੱਤ ਦੇ ਵਿੱਚ ਲਿਪਟਦੇ ਜਾ ਰਹੇ ਨੇ, ਅਤੇ ਇਸੀ ਦੌਰਾਨ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦਰਖਤ ਦੇ ਹੇਠਾਂ ਬੈਠ ਕੇ ਸ਼ਰੇਆਮ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ। ਹਾਲਾਂਕਿ ਇਹ ਉਹ ਲੋਕੇਸ਼ਨ ਦੱਸੀ ਜਾ ਰਹੀ ਹੈ ਜਿੱਥੇ ਕਿ ਬਿਲਕੁਲ ਨਾਲ ਹੀ ਸਿਵਲ ਹਸਪਤਾਲ ਹੈ, ਲੋਕਾਂ ਦਾ ਇੱਥੇ ਆਉਣਾ ਜਾਣਾ। ਪਰ ਇਹ ਨੌਜਵਾਨ ਬੇਖੌਫ ਹੋ ਕੇ ਨਸ਼ੇ ਦਾ ਟੀਕਾ ਲਗਾ ਰਿਹਾ। ਸ਼ਾਇਦ ਕਹਿ ਸਕਦੇ ਹਾਂ ਕਿ ਇਸ ਨੂੰ ਲੱਤ ਲੱਗੀ ਹੋਈ ਹੈ ਕਿ ਬਿਨਾਂ ਨਸ਼ੇ ਤੋਂ ਇਹ ਰਹਿ ਨਹੀਂ ਸਕਦਾ। ਅਤੇ ਇੰਨੇ ਦੇ ਵਿੱਚ ਇੱਕ ਵਿਅਕਤੀ ਉੱਥੇ ਮੌਕੇ ਦੇ ਉੱਤੇ ਪਹੁੰਚਦਾ ਡੰਡਾ ਲੈ ਕੇ, ਅਤੇ ਉਸਨੂੰ ਦੇਖ ਕੇ ਇਹ ਵੀ ਖੜਾ ਹੋ ਜਾਂਦਾ। ਹਾਲਾਂਕਿ ਜਿਵੇਂ ਇਹ ਖੜਾ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਸ ਦੀਆਂ ਲੱਤਾਂ ਵੀ ਭਾਰ ਨਹੀਂ ਚੱਲਦੀਆਂ। ਸ਼ਰੇਆਮ ਕਿਹਾ ਜਾ ਸਕਦਾ ਹੈ ਕਿ ਨਸ਼ੇ ਦੇ ਕਾਰਨ ਹੁਣ ਇਸ ਦੇ ਸਰੀਰ 'ਚ ਜਾਨ ਵੀ ਨਹੀਂ ਰਹੀ। ਤਾਂ ਹੁਸ਼ਿਆਰਪੁਰ ਤੋਂ ਇਹ ਵਾਇਰਲ ਵੀਡੀਓ ਹੋਈ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਕੋਲ ਇਸ ਨੌਜਵਾਨ ਦੇ ਵੱਲੋਂ ਸ਼ਰੇਆਮ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਜਾ ਰਿਹਾ ਸੀ। ਜਿਵੇਂ ਇੱਕ ਵਿਅਕਤੀ ਡੰਡਾ ਲੈ ਕੇ ਇਸ ਦੇ ਕੋਲ ਪਹੁੰਚਦਾ ਹੈ ਤਾਂ ਇਹ ਇੰਜੈਕਸ਼ਨ ਨੂੰ ਪਰਾਂ ਸੁੱਟ ਦਿੰਦਾ ਹੈ। ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ। ਦੱਸ ਦਈਏ ਕਿ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਵੱਡੇ ਸਮਗਲਰਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ, ਉੱਥੇ ਹੀ ਨਸ਼ੇ ਦੀ ਪਕੜ ਦੇ ਲਈ ਲਗਾਤਾਰ ਸਰਚ ਅਭਿਆਨ ਵੀ ਚਲਾਏ ਜਾ ਰਹੇ। ਪਰ ਇਸੀ ਦੇ ਵਿਚਕਾਰ ਨੌਜਵਾਨ ਜੋ ਨੇ ਉਹ ਨਸ਼ਿਆਂ ਦੀ ਲੱਤ ਦੇ ਵਿੱਚ ਲਿਪਟਦੇ ਜਾ ਰਹੇ ਨੇ, ਅਤੇ ਇਸੀ ਦੌਰਾਨ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦਰਖਤ ਦੇ ਹੇਠਾਂ ਬੈਠ ਕੇ ਸ਼ਰੇਆਮ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ ਹੈ। ਹਾਲਾਂਕਿ ਇਹ ਉਹ ਲੋਕੇਸ਼ਨ ਦੱਸੀ ਜਾ ਰਹੀ ਹੈ ਜਿੱਥੇ ਕਿ ਬਿਲਕੁਲ ਨਾਲ ਹੀ ਸਿਵਲ ਹਸਪਤਾਲ ਹੈ, ਲੋਕਾਂ ਦਾ ਇੱਥੇ ਆਉਣਾ ਜਾਣਾ। ਪਰ ਇਹ ਨੌਜਵਾਨ ਬੇਖੌਫ ਹੋ ਕੇ ਨਸ਼ੇ ਦਾ ਟੀਕਾ ਲਗਾ ਰਿਹਾ। ਸ਼ਾਇਦ ਕਹਿ ਸਕਦੇ ਹਾਂ ਕਿ ਇਸ ਨੂੰ ਲੱਤ ਲੱਗੀ ਹੋਈ ਹੈ ਕਿ ਬਿਨਾਂ ਨਸ਼ੇ ਤੋਂ ਇਹ ਰਹਿ ਨਹੀਂ ਸਕਦਾ। ਅਤੇ ਇੰਨੇ ਦੇ ਵਿੱਚ ਇੱਕ ਵਿਅਕਤੀ ਉੱਥੇ ਮੌਕੇ ਦੇ ਉੱਤੇ ਪਹੁੰਚਦਾ ਡੰਡਾ ਲੈ ਕੇ, ਅਤੇ ਉਸਨੂੰ ਦੇਖ ਕੇ ਇਹ ਵੀ ਖੜਾ ਹੋ ਜਾਂਦਾ। ਹਾਲਾਂਕਿ ਜਿਵੇਂ ਇਹ ਖੜਾ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਸ ਦੀਆਂ ਲੱਤਾਂ ਵੀ ਭਾਰ ਨਹੀਂ ਚੱਲਦੀਆਂ। ਸ਼ਰੇਆਮ ਕਿਹਾ ਜਾ ਸਕਦਾ ਹੈ ਕਿ ਨਸ਼ੇ ਦੇ ਕਾਰਨ ਹੁਣ ਇਸ ਦੇ ਸਰੀਰ 'ਚ ਜਾਨ ਵੀ ਨਹੀਂ ਰਹੀ। ਤਾਂ ਹੁਸ਼ਿਆਰਪੁਰ ਤੋਂ ਇਹ ਵਾਇਰਲ ਵੀਡੀਓ ਹੋਈ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਕੋਲ ਇਸ ਨੌਜਵਾਨ ਦੇ ਵੱਲੋਂ ਸ਼ਰੇਆਮ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਜਾ ਰਿਹਾ ਸੀ। ਜਿਵੇਂ ਇੱਕ ਵਿਅਕਤੀ ਡੰਡਾ ਲੈ ਕੇ ਇਸ ਦੇ ਕੋਲ ਪਹੁੰਚਦਾ ਹੈ ਤਾਂ ਇਹ ਇੰਜੈਕਸ਼ਨ ਨੂੰ ਪਰਾਂ ਸੁੱਟ ਦਿੰਦਾ ਹੈ। ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ। ਦੱਸ ਦਈਏ ਕਿ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਵੱਡੇ ਸਮਗਲਰਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ, ਉੱਥੇ ਹੀ ਨਸ਼ੇ ਦੀ ਪਕੜ ਦੇ ਲਈ ਲਗਾਤਾਰ ਸਰਚ ਅਭਿਆਨ ਵੀ ਚਲਾਏ ਜਾ ਰਹੇ। ਪਰ ਇਸੀ ਦੇ ਵਿਚਕਾਰ ਨੌਜਵਾਨ ਜੋ ਨੇ ਉਹ ਨਸ਼ਿਆਂ ਦੀ ਲੱਤ ਦੇ ਵਿੱਚ ਲਿਪਟਦੇ ਜਾ ਰਹੇ ਨੇ, ਅਤੇ ਇਸੀ ਦੌਰਾਨ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਦੇ ਵਿੱਚ ਇੱਕ ਨੌਜਵਾਨ ਦਰਖਤ ਦੇ ਹੇਠਾਂ ਬੈਠ ਕੇ ਸ਼ਰੇਆਮ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ ਹੈ। ਹਾਲਾਂਕਿ ਇਹ ਉਹ ਲੋਕੇਸ਼ਨ ਦੱਸੀ ਜਾ ਰਹੀ ਹੈ ਜਿੱਥੇ ਕਿ ਬਿਲਕੁਲ ਨਾਲ ਹੀ ਸਿਵਲ ਹਸਪਤਾਲ ਹੈ, ਲੋਕਾਂ ਦਾ ਇੱਥੇ ਆਉਣਾ ਜਾਣਾ। ਪਰ ਇਹ ਨੌਜਵਾਨ ਬੇਖੌਫ ਹੋ ਕੇ ਨਸ਼ੇ ਦਾ ਟੀਕਾ ਲਗਾ ਰਿਹਾ। ਸ਼ਾਇਦ ਕਹਿ ਸਕਦੇ ਹਾਂ ਕਿ ਇਸ ਨੂੰ ਲੱਤ ਲੱਗੀ ਹੋਈ ਹੈ ਕਿ ਬਿਨਾਂ ਨਸ਼ੇ ਤੋਂ ਇਹ ਰਹਿ ਨਹੀਂ ਸਕਦਾ। ਅਤੇ ਇੰਨੇ ਦੇ ਵਿੱਚ ਇੱਕ ਵਿਅਕਤੀ ਉੱਥੇ ਮੌਕੇ ਦੇ ਉੱਤੇ ਪਹੁੰਚਦਾ ਡੰਡਾ ਲੈ ਕੇ, ਅਤੇ ਉਸਨੂੰ ਦੇਖ ਕੇ ਇਹ ਵੀ ਖੜਾ ਹੋ ਜਾਂਦਾ। ਹਾਲਾਂਕਿ ਜਿਵੇਂ ਇਹ ਖੜਾ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਸ ਦੀਆਂ ਲੱਤਾਂ ਵੀ ਭਾਰ ਨਹੀਂ ਚੱਲਦੀਆਂ।
ਸ਼ਰੇਆਮ ਕਿਹਾ ਜਾ ਸਕਦਾ ਹੈ ਕਿ ਨਸ਼ੇ ਦੇ ਕਾਰਨ ਹੁਣ ਇਸ ਦੇ ਸਰੀਰ 'ਚ ਜਾਨ ਵੀ ਨਹੀਂ ਰਹੀ ਤਾਂ ਹੁਸ਼ਿਆਰਪੁਰ ਤੋਂ ਇਹ ਵਾਇਰਲ ਵੀਡੀਓ ਹੋਈ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਕੋਲ ਇਸ ਨੌਜਵਾਨ ਦੇ ਵੱਲੋਂ ਸ਼ਰੇਆਮ ਆਪਣੀ ਬਾਂਹ ਦੇ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾਇਆ ਜਾ ਰਿਹਾ ਸੀ। ਜਿਵੇਂ ਇੱਕ ਵਿਅਕਤੀ ਡੰਡਾ ਲੈ ਕੇ ਇਸ ਦੇ ਕੋਲ ਪਹੁੰਚਦਾ ਹੈ ਤਾਂ ਇਹ ਇੰਜੈਕਸ਼ਨ ਨੂੰ ਪਰਾਂ ਸੁੱਟ ਦਿੰਦਾ ਹੈ।